ਬਾਕੀ ਬਾਈ ਜੀ ਮੰਨ ਲਓ ਜਾਂ ਬੱਚਾ ਜਾਂ ਕਿਸੇ ਵੀ ਡਿਪਾਰਟਮੈਂਟ ਚ ਕੋਈ ਵੱਖਰੀ ਤਕਨੀਕ ਲਿਆਉਂਦਾ ਲੱਖ ਰੁਪਈਆ ਹਰ ਇੱਕ ਨੂੰ ਦਿੱਤਾ ਜਾਊਗਾ? ਪਹਿਲੇ 3-4 ਨੂੰ ਲੱਖ ਰੁਪਇਆ ਹੁੰਦਾ, ਕੁਛ ਦਾ 25,000 ਹੈ, 30,000 ਹੈ, ਸਟੇਟ ਅਵਾਰਡ ਤਾਂ ਸਭ ਨੂੰ ਮਿਲਦਾ। ਠੀਕ ਹੈ ਜੀ, ਠੀਕ ਹੈ। ਤੇ ਬੇਸਿਕਲੀ ਰਿਕੁਆਇਰਮੈਂਟ ਇਹ ਹੈ ਕਿ ਬੰਦਾ ਨੋਨ ਸਾਇੰਸ ਬੈਕਗ੍ਰਾਉਂਡ ਦਾ ਹੋਣਾ ਚਾਹੀਦਾ। ਠੀਕ ਹੈ। ਸਕੂਲ ਸਟੂਡੈਂਟਸ ਐਲੀਜੀਬਲ ਹੈ, ਡਿਪਲੋਮਾ ਸਟੂਡੈਂਟ ਐਲੀਜੀਬਲ ਹੈ। ਠੀਕ ਹੈ ਜੀ। ਤੇ ਕਿਸਾਨ ਐਲੀਜੀਬਲ ਹੈ, ਕੋਈ ਕਾਰੀਗਰ ਮਿਸਤਰੀ ਐਲੀਜੀਬਲ ਹੈ, ਬੀਟੈਕ ਬੀਐਸਸੀ ਐਮਐਸਸੀ ਵਾਲਾ ਨਹੀਂ ਐਲੀਜੀਬਲ। ਜਿਹੜੇ ਬੰਦੇ ਨੇ ਸਾਇੰਸ ਸਟੱਡੀ ਆ ਉਹ ਨਹੀਂ ਐਲੀਜੀਬਲ, ਹਾਇਰ ਸਟੱਡੀ ਜਿਸ ਦੀ ਸਾਇੰਸ ਚ ਹੋਏਗੀ ਉਹ ਨਹੀਂ ਅਪਲਾਈ ਕਰ ਸਕਦਾ। ਠੀਕ ਹੈ ਜੀ। ਲਓ ਵੀ ਦੋਸਤੋ, ਜਿਹੜੇ ਵੀ ਵੀਰ ਵੇਖ ਰਹੇ ਆ ਵੀਡੀਓ ਨੂੰ, ਦੱਬ ਕੇ ਕਰ ਦਿਓ ਸ਼ੇਅਰ। ਕਿਸੇ ਹਰੇਕ ਕਿਸੇ ਵੀ ਕਿਸਾਨ ਦਾ ਭਲਾ ਹੋ ਸਕਦਾ, ਸੈਂਟਰ ਦੂਜਾ ਪੰਜਾਬ ਸਰਕਾਰ ਵੱਲੋਂ ਫਾਇਦਾ ਮਿਲ ਸਕਦਾ, ਨਾਲੇ ਅਵਾਰਡ ਮਿਲ ਸਕਦਾ। ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਤੁਹਾਡਾ ਆਪਣਾ ਸਹਿਬ ਸੰਧੂ। ਕਿਸਾਨ ਵੀਰੋ, ਅੱਜ ਆਪਾਂ ਆਏ ਸੀਗੇ ਕਿਸਾਨ ਮੇਲਾ ਫਰੀਦਕੋਟ। ਕਿਸਾਨ ਮੇਲੇ ਫਰੀਦਕੋਟ ਦੇ ਵਿੱਚ ਇਹ ਚੰਡੀਗੜ੍ਹ ਵਾਲਿਆਂ ਨੇ ਸਟਾਲ ਲਾਈ ਹੈ, ਇਹ ਪੰਜਾਬ ਸਰਕਾਰ ਵੱਲੋਂ ਸਕੀਮ ਚੱਲ ਰਹੀ ਹੈ ਜਿਹੜੀ ਕਿ ਕੋਈ ਵੀ ਕਿਸਾਨ ਭਰਾ ਜਾਂ ਬੱਚਾ ਜਾਂ ਕੋਈ ਵੀ ਕਾਰੀਗਰ ਹੈ, ਕੋਈ ਵੱਖਰਾ ਕੁਛ ਕਰਦਾ, ਵਧੀਆ ਕੋਈ ਵਧੀਆ ਤਕਨੀਕ ਲੈ ਕੇ ਆਉਂਦਾ, ਉਹਨਾਂ ਨੂੰ ਇਹ ਅਵਾਰਡ ਸਨਮਾਨਿਤ ਕਰਦੇ ਆ। ਤੇ ਬਾਕੀ ਬਾਈ ਜੀ ਇਹਦੇ ਬਾਰੇ ਸਾਰੀ ਜਾਣਕਾਰੀ ਦੇਣਗੇ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਕੀ ਹੈ ਜੀ? ਮੈਂ ਡਾਕਟਰ ਮਨਪ੍ਰੀਤ ਸਿੰਘ, ਸਾਇੰਟਿਸਟ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲੋਜੀ। ਠੀਕ ਹੈ ਜੀ। ਤੇ ਬਾਈ ਜੀ, ਪਹਿਲਾਂ ਸਾਨੂੰ ਆਪਣੇ ਜ਼ਿਮੀਂਦਾਰਾਂ ਨੂੰ ਇਹ ਪ੍ਰੋਜੈਕਟ ਬਾਰੇ ਦੱਸੋ ਵੀ ਕੀ ਪ੍ਰੋਜੈਕਟ ਹੈ? ਇਹ ਪੰਜਾਬ ਸਰਕਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਨੇ ਇੱਕ ਲਾਸਟ ਈਅਰ ਉਪਰਾਲਾ ਸ਼ੁਰੂ ਕੀਤਾ ਸੀ, ਗ੍ਰਿਪ। ਠੀਕ ਹੈ। ਇਸ ਦਾ ਮਤਲਬ ਹੈ ਗ੍ਰਾਸਰੂਟ ਇਨੋਵੇਟਰਸ ਆਫ ਪੰਜਾਬ। ਠੀਕ ਹੈ ਜੀ। ਇਸ ਪ੍ਰੋਗਰਾਮ ਦੇ ਅਧੀਨ ਸਰਕਾਰ ਨੇ ਅਲੱਗ ਅਲੱਗ ਤਰ੍ਹਾਂ ਦੀ ਐਪਲੀਕੇਸ਼ਨਾਂ ਮੰਗੀਆਂ ਹਨ, ਜਿਨ੍ਹਾਂ ਦੇ ਵਿੱਚ ਨੋਨ ਸਾਇੰਸ ਬੈਕਗ੍ਰਾਉਂਡ ਦੇ ਬੰਦੇ, ਜਿਨ੍ਹਾਂ ਵਿੱਚ ਕਿਸਾਨ ਹੋ ਸਕਦੇ ਹਨ, ਕੋਈ ਮਕੈਨਿਕ ਹੋ ਸਕਦਾ, ਕਾਰੀਗਰ ਹੋ ਸਕਦਾ, ਕੋਈ ਮਿਸਤਰੀ ਹੋ ਸਕਦਾ, ਤੇ ਸਕੂਲ ਸਟੂਡੈਂਟਸ ਤੇ ਡਿਪਲੋਮਾ ਸਟੂਡੈਂਟ ਤੇ ITI ਸਟੂਡੈਂਟਸ, ਉਹ ਬੱਚੇ ਵਗੈਰਾ ਔਰ ਕਾਰੀਗਰ ਇਹ ਸਾਰੇ ਅਪਲਾਈ ਕਰ ਸਕਦੇ ਹਨ। ਇਸ ਦੇ ਵਿੱਚ ਇਹ ਹੈ ਕਿ ਇਸ ਬੰਦੇ ਨੇ ਕਾਰੀਗਰ ਨੇ ਸੋਰੀ ਜੋ ਵੀ ਆਪਣਾ ਇਨੋਵੇਟਰ ਹੈ, ਇਹਨੇ ਕੋਈ ਵੀ ਆਪਣੀ ਇਨੋਵੇਸ਼ਨ ਕੀਤੀ ਹੋਵੇ, ਕੋਈ ਕਾਰ ਕੱਢੀ ਹੋਵੇ, ਜਿਵੇਂ ਕਿਸਾਨ ਹੈ ਉਹਨੇ ਕੋਈ ਫਸਲਾਂ 'ਚ ਸੁਧਾਰ ਕੀਤਾ ਹੋਵੇ ਸੀਡ ਦੇ ਵਿੱਚ, ਔਰ ਉਹਨੇ ਕੋਈ ਜਿਵੇਂ ਪਸ਼ੂਆਂ ਦੇ ਵਿੱਚ ਕੋਈ ਨਸਲ ਦੇ ਵਿੱਚ ਸੁਧਾਰ ਕੀਤਾ ਹੋਵੇ ਜਾਂ ਕੋਈ ਖੇਤੀਬਾੜੀ ਵਾਲੀ ਮਸ਼ੀਨਰੀ ਬਣਾਈ ਹੋਵੇ, ਤਾਂ ਉਸਦੇ ਲਈ ਸਾਡੀ ਇਸ ਸਾਲ ਦੀ ਕਾਲ ਓਪਨ ਹੈ। ਤਾਂ ਸਾਡਾ ਸਕੈਨ ਹੈ, ਸਕੈਨ ਦਾ ਲਿੰਕ ਹੈ, ਤਾਂ ਇਸ ਤੇ ਤੁਸੀਂ ਸਕੈਨ ਕਰਕੇ ਅਪਲਾਈ ਕਰ ਸਕਦੇ ਹੋ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਸਾਡੇ ਡਿਪਾਰਟਮੈਂਟ ਦੀ ਕਮੇਟੀ ਰਿਵਿਊ ਕਰਦੀ ਹੈ, ਅਗਰ ਕੋਈ ਬੰਦਾ ਕੋਈ ਇਨੋਵੇਟਰ ਸਿਲੈਕਟ ਹੋ ਜਾਂਦਾ, ਉਹਨੂੰ ਸਰਕਾਰ ਵੱਲੋਂ ਇੱਕ ਲੱਖ ਤੱਕ ਦੀ ਇਨਾਮ ਰਾਸ਼ੀ ਹੈ। ਠੀਕ ਹੈ। ਤਾਂ ਇਸ ਤੋਂ ਬਿਨਾਂ ਅਸੀਂ ਪੇਟੈਂਟ ਉਹਦੀ ਪੇਟੈਂਟ ਫਾਈਲਿੰਗ ਲਈ ਸਪੋਰਟ ਪ੍ਰੋਵਾਈਡ ਕਰਦੇ ਹਾਂ। ਠੀਕ ਹੈ ਜੀ। ਉਸ ਤੋਂ ਅੱਗੇ ਕੋਈ ਬਿਜ਼ਨਸ ਕਰਨ ਲਈ ਕੋਈ ਹੋਰ ਵੱਖ ਵੱਖ ਸਹੂਲਤਾਂ ਡਿਪਾਰਟਮੈਂਟ ਵੱਲੋਂ ਦਿੱਤੀਆਂ ਜਾਂਦੀਆਂ। ਠੀਕ ਹੈ ਜੀ। ਬਾਈ ਜੀ, ਮੰਨ ਲਓ ਜੇ ਕੋਈ ਜ਼ਿਮੀਂਦਾਰ ਤੁਹਾਡੇ ਨਾਲ ਅਟੈਚ ਹੋਣਾ ਚਾਹੁੰਦਾ ਤੇ ਕਾਲ ਵੀ ਕਰ ਸਕਦਾ? ਬਿਲਕੁਲ, ਸਾਡਾ ਇਸ ਦੇ ਵਿੱਚ ਇੱਕ ਨੰਬਰ ਹੈ 9994170 44884। ਠੀਕ ਹੈ। ਸਾਨੂੰ ਇਸ ਤੇ ਕਾਲ ਵੀ ਕਰ ਸਕਦੇ ਹੋ। ਠੀਕ ਹੈ। ਕਿਸੇ ਦਾ ਗੂਗਲ ਫਾਰਮ ਨਹੀਂ ਭਰਿਆ ਜਾਂਦਾ ਤਾਂ ਸਾਡੀ ਟੀਮ ਕੰਟੈਕਟ ਕਰਕੇ ਗੂਗਲ ਫਾਰਮ ਵੀ ਭਰਵਾਏਗੀ। ਠੀਕ ਹੈ। ਕਿਸਾਨ ਵੀਰੋ, ਜਿਹੜਾ ਇਹ ਨੰਬਰ ਆਪਾਂ ਸਕਰੀਨ ਤੇ ਚੱਲ ਰਿਹਾ, ਉਸ ਨੰਬਰ ਤੇ ਤੁਸੀਂ ਕਾਲ ਕਰਕੇ ਇਸ ਡਿਪਾਰਟਮੈਂਟ ਨਾਲ ਆਪਦੀ ਕੋਈ ਵੀ ਤੁਸੀਂ ਵੱਖਰਾ ਕੀਤਾ, ਕਿਸੇ ਵੀ ਜਾਣੀ ਕਿਸੇ ਵੀ ਡਿਪਾਰਟ ਜਿਵੇਂ ਮੰਨ ਲਓ ਕੋਈ ਵਿਦਿਆਰਥੀ ਹੈ ਜਾਂ ਕੋਈ ਜ਼ਿਮੀਂਦਾਰ ਜਾਂ ਕਾਰੀਗਰ ਹੈ, ਕੋਈ ਵੀ ਹੈ, ਕੋਈ ਵੱਖਰਾ ਲੈ ਗਿਆ ਹੈ, ਤਾਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰੋ ਤੇ ਹੋ ਸਕਦਾ ਤੁਸੀਂ ਵੀ ਇਸ ਜਿਹੜੀ ਸਕੀਮ ਦਾ ਅਵਾਰਡ ਦਾ ਫਾਇਦਾ ਲੈ ਸਕਦੇ ਹੋ ਤੇ ਨਾਲ 1 ਲੱਖ ਰੁਪਈਆ ਵੀ 1 ਲੱਖ ਤੱਕ ਦੀ ਇਨਾਮ ਰਾਸ਼ੀ ਹੈ, ਜੋ ਜਿਵੇਂ ਆਪਾਂ ਦੇਖਾਂਗੇ 2 ਸਾਲ ਪਹਿਲੀ ਰੋਜ਼ ਉਹ ਕਿਸਾਨ ਸਿਲੈਕਟ ਹੋਏ ਸੀ। ਦਿਖਾਉਂਗੀ? ਹਾਂ, ਤੁਸੀਂ ਦੇਖ ਸਕਦੇ ਹੋ ਕੈਮਰਾਮੈਨ। ਠੀਕ ਹੈ ਜੀ। ਲਓ ਵੀ ਕਿਸਾਨ ਵੀਰੋ, ਜਿਹੜੇ ਇਹਦੇ ਵਿੱਚ ਸਿਲੈਕਟ ਹੋਏ ਆ, ਉਹ ਵੀ ਆਪਾਂ ਨੂੰ ਗ੍ਰਿਪ ਦਾ ਜਿਹੜਾ ਪਹਿਲਾ ਫੇਸ ਸੀ ਉਸਦੇ ਵਿੱਚ ਇਹ ਕਿਸਾਨ ਸਿਲੈਕਟ ਹੋਏ ਸਨ ਪੰਜਾਬ 'ਚ। ਜਿਵੇਂ ਇਸ ਕਿਸਾਨ ਨੇ ਇੱਕ ਮਧੂਮੱਖੀਆਂ ਦੇ ਸ਼ਹਿਦ ਦੀ ਛੱਪੇ ਬਣਾਉਣ ਵਾਲੀ ਮਸ਼ੀਨ ਬਣਾਈ ਸੀ। ਠੀਕ ਹੈ ਜੀ। ਇਸ ਕਿਸਾਨ ਨੇ ਸਬਜ਼ੀਆਂ ਦੀ ਬਿਜਾਈ ਲਈ ਕਰੋਲਰ ਬਣਾਇਆ ਸੀ। ਠੀਕ ਹੈ ਜੀ। ਇਸ ਤਰ੍ਹਾਂ ਇਹ ਸਾਰੇ ਕਿਸਾਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੀ ਇਨਾਮ ਰਾਸ਼ੀ ਮਿਲੀ ਸੀ, ਉਸ ਤੋਂ ਬਾਅਦ ਅਲੱਗ ਅਲੱਗ ਤਰ੍ਹਾਂ ਦੀ ਡਿਪਾਰਟਮੈਂਟ ਦੇ ਸਪੋਰਟ ਮਿਲੀ। ਠੀਕ ਹੈ ਜੀ। ਪਿਛਲੇ ਸਾਲ ਕਿਸਾਨਾਂ ਤੋਂ ਬਿਨਾਂ ਇਹ ਪ੍ਰੋਗਰਾਮ ਬੱਚਿਆਂ ਲਈ ਸ਼ੁਰੂ ਕੀਤਾ ਗਿਆ ਸਕੂਲ। ਠੀਕ ਹੈ ਜੀ। ਤਾਂ 2 ਸਰਕਾਰੀ ਸਕੂਲ ਦੇ ਸਟੂਡੈਂਟਸ ਨੇ ਅਪਲਾਈ ਕੀਤਾ ਸੀ ਤਾਂ ਉਹਨਾਂ ਨੂੰ ਇਨਾਮ ਰਾਸ਼ੀ ਤੇ ਸਟੇਟ ਅਵਾਰਡ ਮਿਲਿਆ। ਲਓ ਬਈ, ਦੂਜਾ ਜਿਹੜੇ ਸਟੂਡੈਂਟ ਦੋਸਤੋ ਪੜ੍ਹ ਰਹੇ ਆ ਉਹਨਾਂ ਲਈ ਵੀ ਇਹ ਬਹੁਤ ਵਧੀਆ ਸਕੀਮ ਆ। ਲੜਕੀ ਕਿਹੜੇ ਸਕੂਲ ਦੀ?
ਇਹ ਗਵਰਨਮੈਂਟ ਸਕੂਲ ਦੀ ਹੈ ਜੋ ਮੈਰੀਟੋਰੀਅਸ ਸਕੂਲ ਹੁੰਦੇ ਨੇ ਉਸ ਦਾ ਬੱਚਾ ਠੀਕ ਹੈ ਇੱਕ ਵਾਹਨ ਡਿਜੀਟਲ ਫਿਊਲ ਮੀਟਰ ਬਣਾਇਆ ਸੀ ਠੀਕ ਹੈ ਆਪਣੇ ਜਿਵੇਂ ਆਪਾਂ ਜਦੋਂ ਤੇਲ ਪਾਉਂਦੇ ਹਾਂ ਆਪਣੇ ਜੋ ਤੇਲ ਪਾਉਂਦੇ ਤਾਂ ਇਸ ਬੱਚੇ ਨੇ ਇੱਕ ਡਿਵਾਈਸ ਬਣਾਇਆ ਜੋ ਆਪਣੀ ਗੱਡੀ ਤੇ ਲੱਗ ਜਾਂਦਾ ਤਾਂ ਜਿਵੇਂ ਆਪਾਂ 200 ਰੁਪਏ ਦਾ ਤੇਲ ਪਵਾਇਆ ਤਾਂ ਉਹ ਉਸ ਦੇ ਵਿੱਚ ਰਿਕਾਰਡਿੰਗ ਦੱਸਦਾ ਸੀ ਡਿਵਾਈਸ ਕਿ 200 ਰੁਪਏ ਦਾ ਤੇਲ ਕਿੰਨੇ ਲੀਟਰ ਪਿਆ ਕਈ ਵਾਰੀ ਕੀ ਹੁੰਦਾ ਕਿ ਕੋਈ ਜਿਵੇਂ ਆਪਾਂ ਨੂੰ ਲੱਗਦਾ ਕਿ ਕਿਸੇ ਪੰਪ ਤੇ ਤੇਲ ਘੱਟ ਪਿਆ ਤਾਂ ਬੱਚੇ ਦੀ ਇਨੋਵੇਸ਼ਨ ਹੈ ਕਹਿਣ ਤੋਂ ਭਾਵ ਇਹ ਕਿ ਇੱਕ 8th-9th ਦੇ ਬੱਚੇ ਨੇ ਇਨੋਵੇਸ਼ਨ ਕੀਤੀ ਇੱਕ ਨਵਾਂ ਡਿਵਾਈਸ ਬਣਾਇਆ ਤੇ ਇਹ ਇੱਕ ਬੱਚਾ ਇਹ ਵੀ ਮੈਰੀਟੋਰੀਅਸ ਗਵਰਨਮੈਂਟ ਸਕੂਲ ਦਾ ਇਹਨੇ ਇੱਕ ਚੌਪਿੰਗ ਡਸਟਬਿਨ ਬਣਾਇਆ ਕਿ ਜਿਵੇਂ ਕਿ ਆਪਾਂ ਇਨਵਾਇਰਮੈਂਟ ਦੇ ਰਿਗਾਰਡਿੰਗ ਆਪਾਂ ਸਸਟੇਨੇਬਿਲਟੀ ਦੇ ਪ੍ਰੋਬਲਮ ਦੇਖਦੇ ਹਾਂ ਕਿ ਜਿਵੇਂ ਕੋਈ ਜੋ ਵੇਸਟ ਮੈਨੇਜਮੈਂਟ ਦਾ ਕੰਮ ਹੈ ਕਿ ਆਪਾਂ ਜੋ ਵੇਸਟ ਹੈ ਘਰ ਦੀ ਵੇਸਟ ਹੈ ਕੋਈ ਬਾਹਰ ਸ਼ਾਪਸ ਦੀ ਫੂਡ ਪ੍ਰੋਸੈਸਿੰਗ ਦੀ ਵੇਸਟ ਹੋ ਜਾਂਦੀ ਉਹਨੂੰ ਆਪਾਂ ਸੈਗਰੀਗੇਟ ਕਿਵੇਂ ਕਰ ਸਕਦੇ ਹਾਂ ਇਹ ਬੱਚੇ ਨੇ ਇੱਕ ਚੌਪਿੰਗ ਡਸਟਬਿਨ ਬਣਾਇਆ ਜਿਸ ਨਾਲ ਉਹ ਵੇਸਟ ਨੂੰ ਡਿਸਪੋਜ਼ ਆਫ ਕਰਨਾ ਬਹੁਤ ਈਜ਼ੀ ਹੋ ਗਿਆ ਤਾਂ ਇਸ ਬੱਚੇ ਨੂੰ ਇਨੋਵੇਸ਼ਨ ਚ ਸਿਲੈਕਟ ਕੀਤਾ ਠੀਕ ਹੈ ਬਾਈ ਜੀ ਠੀਕ ਹੈ ਜੀ ਇਹ ਜ਼ਿਮੀਂਦਾਰ ਜੀ ਪਿਆਜ਼ ਦੇ ਕੀ ਫੁੱਲ ਇਹ ਕਿਸਾਨ ਨੇ ਜੋ ਨੇ ਇਹ ਇਹਨਾਂ ਨੇ ਇੱਕ ਪਿਆਜ਼ ਦੇ ਫੁੱਲ ਜਿਵੇਂ ਪਿਆਜ਼ ਦੇ ਆਪਾਂ ਬੀਜ ਤਿਆਰ ਕਰਨਾ ਹੋਵੇ ਤਿਆਰ ਕਰਦੇ ਹਾਂ ਉਸ ਦੇ ਲਈ ਇਹਨਾਂ ਨੇ ਇੱਕ ਮਸ਼ੀਨ ਬਣਾਈ ਕਿ ਜੋ ਪੋਰਟੇਬਲ ਥ੍ਰੈਸ਼ਰ ਕਮ ਸੀਡ ਐਕਸਟ੍ਰੈਕਟਰ ਹੈ ਕਿ ਨਾਰਮਲੀ ਜਿਹੜਾ ਕੰਮ ਹੱਥਾਂ ਨਾਲ ਹੁੰਦਾ ਸੀ ਇਹਨੇ ਇੱਕ ਮਸ਼ੀਨ ਬਣਾ ਲਈ ਇੱਕ ਇੰਸਟਰੂਮੈਂਟ ਬਣਾ ਲਿਆ ਕਿ ਜੋ ਆਪਾਂ ਬੀਜ ਇੱਕ ਪਿਆਜ਼ ਨੂੰ ਪਹਿਲੇ ਪਕਾ ਲਿਆ ਜੋ ਉਹਦੇ ਥ੍ਰੈਸ਼ਿੰਗ ਕਰਨੀ ਹੈ ਤਾਂ ਇੱਕ ਆਪਣਾ ਇਨ ਹਾਊਸ ਆਪਣੇ ਰਿਸਰਚ ਕਰਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੁਝ ਸਾਇੰਟਿਸਟ ਦੀ ਹੈਲਪ ਨਾਲ ਇੱਕ ਇਹਨੇ ਮਸ਼ੀਨ ਤਿਆਰ ਕੀਤੀ ਜਿਸ ਦੇ ਅਧੀਨ ਇਹ ਸਿਲੈਕਟ ਹੋਇਆ ਤੇ ਲਾਸਟ ਈਅਰ ਇਹਨੂੰ ਅਵਾਰਡ ਮਿਲਿਆ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਟਰੈਕਟਰ ਸੰਚਾਲਕ ਬੱਡ ਮੇਕਰ ਇਹ ਕਿਸਾਨ ਹੁਸ਼ਿਆਰਪੁਰ ਜ਼ਿਲ੍ਹੇ ਦਾ ਸੁਰਜੀਤ ਸਿੰਘ ਚੱਗਰ ਹੈਗਾ ਕਾਫੀ ਇਨੋਵੇਟਿਵ ਫਾਰਮਰ ਹੈ ਇਹਨੇ ਟਰੈਕਟਰ ਸੰਚਾਲਿਤ ਬੱਡ ਮੇਕਰ ਬਣਾਇਆ ਬੱਡ ਮੇਕਰ ਤੋਂ ਭਾਵ ਹੈ ਕਿ ਜਿਵੇਂ ਕੋਈ ਆਪਾਂ ਆਲੂ ਬੀਜਦੇ ਹਾਂ ਤਾਂ ਜੋ ਪਹਿਲਾਂ ਮਾਰਕੀਟ ਦੇ ਵਿੱਚ ਬੱਡ ਮੇਕਰ ਸਨ ਤੇ ਉਹਨਾਂ ਦੀ ਜੋ ਵਿੜਥ ਸੀ ਜੋ ਚੌੜਾਈ ਸੀ ਵੱਟਾ ਬਣਾਉਣ ਦੀ ਮਸ਼ੀਨ ਦੀ ਬਹੁਤ ਘੱਟ ਸੀ ਇਹਨੇ ਥੋੜੀ ਜਿਹੀ ਆਪਣੀ ਟੈਕਨੋਲੋਜੀ ਵਰਤੀ ਕੋਈ ਆਪਣਾ ਦਿਮਾਗ ਵਰਤਿਆ ਤੇ ਨਵੀਂ ਇਨੋਵੇਸ਼ਨ ਕੀਤੀ ਇੱਕ ਨਵਾਂ ਬੱਡ ਮੇਕਰ ਤਿਆਰ ਕੀਤਾ ਜੋ ਮਾਰਕੀਟ ਨਾਲੋਂ ਬਹੁਤ ਇੰਪਰੂਵਮੈਂਟ ਸੀ ਤਾਂ ਇਹ ਇਨੋਵੇਟਰ ਸਿਲੈਕਟ ਹੋਇਆ ਠੀਕ ਹੈ ਜੀ ਤੇ ਬਾਕੀ ਬਾਈ ਜੀ ਮੰਨ ਲਓ ਜਾਂ ਬੱਚਾ ਜਾਂ ਕਿਸੇ ਵੀ ਡਿਪਾਰਟਮੈਂਟ ਚ ਕੋਈ ਵੱਖਰੀ ਤਕਨੀਕ ਲਿਆਉਂਦਾ 1,00,000 ਰੁਪਇਆ ਹਰ ਇੱਕ ਨੂੰ ਦਿੱਤਾ ਜਾਊਗਾ ਪਹਿਲੇ 3-4 ਨੂੰ 1,00,000 ਰੁਪਇਆ ਹੁੰਦਾ ਕੁਛ ਦਾ 25,000 ਹੈ 30,000 ਹੈ ਸਟੇਟ ਅਵਾਰਡ ਤਾਂ ਸਭ ਨੂੰ ਮਿਲਦਾ ਠੀਕ ਹੈ ਜੀ ਠੀਕ ਹੈ ਤੇ ਬੇਸਿਕਲੀ ਰਿਕੁਆਇਰਮੈਂਟ ਇਹ ਹੈ ਕਿ ਬੰਦਾ ਨੋਨ ਸਾਇੰਸ ਬੈਕਗ੍ਰਾਉਂਡ ਦਾ ਹੋਣਾ ਚਾਹੀਦਾ ਸਕੂਲ ਸਟੂਡੈਂਟਸ ਐਲੀਜੀਬਲ ਹੈ ਡਿਪਲੋਮਾ ਸਟੂਡੈਂਟ ਐਲੀਜੀਬਲ ਹੈ ਤੇ ਕਿਸਾਨ ਐਲੀਜੀਬਲ ਹੈ ਕੋਈ ਕਾਰੀਗਰ ਮਿਸਤਰੀ ਐਲੀਜੀਬਲ ਹੈ ਬੀਟੈਕ ਬੀਐਸਸੀ ਐਮਐਸਸੀ ਵਾਲਾ ਨਹੀਂ ਐਲੀਜੀਬਲ ਜਿਹੜੇ ਬੰਦੇ ਨੇ ਸਾਇੰਸ ਸਟੱਡੀ ਆ ਉਹ ਨਹੀਂ ਐਲੀਜੀਬਲ ਹਾਇਰ ਸਟੱਡੀ ਜਿਸ ਦੀ ਸਾਇੰਸ ਚ ਹੋਏਗੀ ਉਹ ਨਹੀਂ ਅਪਲਾਈ ਕਰ ਸਕਦਾ ਠੀਕ ਹੈ ਜੀ ਲਓ ਵੀ ਦੋਸਤੋ ਜਿਹੜੇ ਵੀ ਵੀਰ ਵੇਖ ਰਹੇ ਆ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਕਿਸੇ ਹਰੇਕ ਕਿਸੇ ਵੀ ਕਿਸਾਨ ਦਾ ਭਲਾ ਹੋ ਸਕਦਾ ਸਰਵ ਸੈਂਟਰ ਦੂਜਾ ਪੰਜਾਬ ਸਰਕਾਰ ਵੱਲੋਂ ਫਾਇਦਾ ਮਿਲ ਸਕਦਾ ਨਾਲੇ ਅਵਾਰਡ ਮਿਲ ਸਕਦਾ ਬਾਕੀ ਠੀਕ ਹੈ ਬਾਈ ਸਰ ਠੀਕ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ